ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ। ਲਓ ਜੀ, ਅੱਜ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਸੀ ਉਹਦੇ ਹਿਸਾਬ ਨਾਲ ਸ਼ਿੰਗਾਲੀ ਦੀ ਦਿਵਯੇ ਤੋਂ ਪਾਰਟ ਨੰਬਰ 2 ਅੱਜ ਅਸੀਂ ਸ਼ੁਰੂ ਕਰ ਦੇਣਾ ਜੀ। ਅੱਜ ਕੱਲ੍ਹ ਮੈਂ ਬਹੁਤ ਫਾਸਟ ਹੋ ਗਿਆ, ਚਲੋ ਕੋਈ ਗੱਲ ਨਹੀਂ। ਲਓ ਜੀ, ਗੱਲ ਕਰਦੇ ਹਾਂ ਅੱਜ ਆਪਾਂ ਸ਼ਿੰਗਾਲੀ ਦੀ ਦਿਵਯੇ ਤੋਂ ਦਾ ਭਾਗ ਨੰਬਰ 2। ਤਰਾਂਜੀ ਤੋਂ ਵਿਅਤਾ ਤੋਂ ਆਈ ਪੇਦੋਨੀ ਇਲ ਸਿੰਗਾਲ ਵਿਏਤਾ ਇਲ ਤਰਾਂਜੀ ਤੋਂ ਆਈ ਪੇਦੋਨੀ ਕਿ ਜਿਹੜੇ ਤੁਰਨ ਫਿਰਨ ਵਾਲੇ ਬੰਦੇ ਆ ਉਹਨਾਂ ਨੂੰ ਉੱਥੇ ਜਾਣ ਦੀ ਮਨਾਹੀ ਹੈ ਜਿੱਥੇ ਇਹ ਲੱਗਾ ਹੋਵੇ। ਐਮ ਸਿੰਗਾਲੇ ਦੀ ਦਿਵਯੇ ਤੋਂ ਪੇ ਇਹ ਇੱਕ ਮਨਾਹੀ ਦਾ ਸਿਗਨਲ ਆ। ਕੌਨਸੈਂਟੇ ਤਰਾਂਜੀ ਤੋਂ ਵਾਲੇ ਵਿਚਕਲੇਤੇ ਹੁੰਦੀਆਂ ਸਾਈਕਲਾਂ ਕਿ ਸਿਰਫ ਤੁਰਨ ਵਾਲਾ ਬੰਦਾ ਨਹੀਂ ਜਾ ਸਕਦਾ ਪਰ ਉੱਥੇ ਸਾਈਕਲਾਂ ਜਾ ਸਕਦੀਆਂ ਜਾਂ ਫਿਰ ਉੱਥੇ ਗੱਡੀਆਂ ਵੀ ਜਾ ਸਕਦੀਆਂ। ਉੱਥੇ ਮੋਟਰਸਾਈਕਲੀ ਵਹੀਕਲ ਜਾਂ ਮੋਟੋਰੇ ਜਿਹੜੀਆਂ ਗੱਡੀਆਂ ਨੂੰ ਮੋਟਰਾਂ ਲੱਗੀਆਂ ਜਾਂ ਫਿਰ ਕੁਆਦਰੀ ਚੀਕਲੀ ਮੋਟੋਰੇ ਜਾਂ ਚੀਕਲੋ ਮੋਟੋਰੀ ਜਿਹੜੀ ਵੀ ਚੀਜ਼ ਹੋਵੇ, ਆਊਟੋ ਕਾਰਾਵਾਨ ਆਊਟੋ ਕਾਰ ਰੇਤੂ ਤੋਂ। ਇਹ ਜਿਹੜਾ ਸ਼ੀਲਡ ਹੈ ਇਹਦਾ ਮਤਲਬ ਆ ਵਿਏਤਾ ਇਲ ਤਰਾਂਜੀ ਤੋਂ ਆਈ ਪੇਦੋਨੀ ਬੱਸ ਅਤੇ ਸ਼ਿੰਗਾਲੇ ਦੀ ਦਿਵਯੇ ਤੋਂ ਬੱਸ। ਇਹ ਦੋ ਚੀਜ਼ਾਂ ਜੀ ਹੈ ਸਿਰਫ ਇਹਦੀਆਂ ਚੇਤੇ ਰੱਖਣ ਵਾਲੀਆਂ। ਤਰਾਂਜੀ ਤੋਂ ਵਿਏਤਾ ਤੋਂ ਵੱਲ ਵਿਚਕਲੇਤੇ ਸਾਈਕਲਾਂ ਜਾਣ ਨੂੰ ਮਨਾਹੀ। ਐਮ ਸਿੰਗਾਲੇ ਦੀ ਦਿਵਯੇ ਤੋਂ ਵਿਏਤਾ ਇਲ ਤਰਾਂਜੀ ਤੋਂ ਅਲ ਵਿਚਕਲੇਤ ਬੱਸ। ਇੰਨਾ ਹੀ ਸਾਨੂੰ ਸੋਚਣ ਦੀ ਲੋੜ ਹੈ ਕਿ ਜਿਹੜੀ ਮਰਜ਼ੀ ਸਾਈਕਲ ਹੋਵੇ, ਭਾਵੇਂ ਕੁਆਦਰੋ ਚੀਕਲੋ ਆਪੇ ਦਾਲੇ ਹੋਵੇ, ਜਿਹੜੀ ਵੀ ਸਾਈਕਲ ਆ ਕੁਆਦਰੋ ਚੀਕਲੇ ਆਪੇ ਦਾਲੇ। ਹੁਣ ਤੁਸੀਂ ਸੋਚਦੇ ਹੋਣੇ ਵੀ ਇਹ ਕਿਹੜੀ ਆ, ਇਹ ਹੈ ਜੀ ਆਪਣਾ ਰਿਕਸ਼ਾ, ਜਿੱਦਾਂ ਆਪਣੇ ਇੰਡੀਆ 'ਚ ਨਹੀਂ ਹੁੰਦੇ ਰਿਕਸ਼ੇ, ਜਾਂ ਫਿਰ ਜਿਹੜੇ ਚਾਰ ਟਾਇਰਾਂ ਵਾਲੇ ਹੁੰਦੇ ਜਿਹਨਾਂ ਨੂੰ ਪੈਡਲ ਲੱਗੇ ਹੁੰਦੇ। ਮੇਰੇ ਦਿਮਾਗ 'ਚ ਜੀ ਰਿਕਸ਼ਾ ਹੀ ਆਇਆ। ਅਤੇ ਉਹ ਤੋਂ ਬਾਅਦ ਕੁਨਸੈਨ ਅਤੇ ਤਰਾਂਜੀ ਤੋਂ ਆਈ ਪੇਦੋ ਨਹੀਂ, ਕੁਨਸੈਨ ਅਤੇ ਤਰਾਂਜੀ ਤੋਂ ਆਈ ਵੇਈ ਗੋਲੀਆਂ ਮਥੋਰੇ, ਜੋ ਮਰਜ਼ੀ ਲਾ ਲਓ ਜੀ ਉਹਦੇ ਅੱਗੇ ਊੜਾ ਏੜਾ ਜਿਹੜੀ ਸੱਸਾ ਹਾ। ਕਿਉਂਕਿ ਜਿਹੜੀ ਤੁਸੀਂ ਚੀਜ਼ ਚੇਤੇ ਕਰਨੀ ਉਹ ਹੈਗੀ ਇਹ ਕਿ ਇਹ ਸਿਰਫ ਵਿਤਾਰੇ ਕਰਦਾ ਬਿਚਿਕਲੇਤੇ ਨੂੰ। ਆਹ ਜਿਹੜਾ ਗੋਲ ਦਾ ਨਿਸ਼ਾਨ ਆ ਨਾ, ਇਹ ਗੋਲ ਵਾਲਾ, ਇਹ ਕਰਦਾ ਜੀ ਵਿਤਾਰੇ। ਜਿਹੜੀ ਇਹਦੇ ਵਿੱਚ ਫੋਟੋ ਆ ਸਿਰਫ ਉਹਨੂੰ ਵਿਤਾਰੇ ਕਰਨਾ, ਇਹਨੇ ਤਰ੍ਹਾਂ ਸਿਤਾਰੇ ਕਰਨੇ, ਬਾਕੀ ਤੁਸੀਂ ਹੋਰ ਜੋ ਮਰਜ਼ੀ ਹੋ ਜਾਏ। ਇਹਦੇ ਵਿੱਚ ਟਰੈਕਟਰ ਦੀ ਲੱਗੀ ਹੋਈ, ਇਹਨੇ ਸਿਰਫ ਟਰੈਕਟਰ ਨੂੰ ਜਾਣ ਤੋਂ ਮਨਾ ਕਰਨਾ, ਉੱਥੋਂ ਭਾਵੇਂ ਤੁਸੀਂ ਟਰਾਲੇ ਲੰਘਾਏ ਜਾਓ। ਤਰਾਂਜੀ ਤੋਂ ਵਿਏਤਾ ਤੋਂ ਆਈ ਮੋਟਰਸਾਈਕਲੀ ਮੋਟਰਸਾਈਕਲਾਂ ਨੂੰ ਜਾਣ ਦੀ ਮਨਾਹੀ, ਜਿੱਥੇ ਧੂਮ ਮਚਾਲੋ ਨਹੀਂ ਹੁੰਦਾ। ਐਮ ਸਿੰਗਾਲੇ ਦੀ ਦਿਵਯੇ ਤੋਂ ਵਿਏਤਾ ਇਲ ਤਰਾਂਜੀ ਤੋਂ ਆਈ ਮੋਟਰਸਾਈਕਲੀ ਬੱਸ। ਸਿਰਫ ਇਹ ਦੋ ਗੱਲਾਂ, ਇਹ ਜਿਹੜਾ ਸਿੰਗਾਲੇ ਦੀ ਦਿਵਯੇ ਤੋਂ ਆ ਅਤੇ ਮੋਟਰਸਾਈਕਲਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ ਉੱਥੇ ਭਾਗ। ਉਹ ਤੋਂ ਬਾਅਦ ਕੁਨਸੈਨ ਅਤੇ ਤਰਾਂਜੀ ਤੋਂ ਬਾਅਦ ਉੱਤੀ ਵੇਈ ਕੁੜੀ ਮੋਤੋਰ ਹੈ ਆਈ ਪੇਦੋ ਨਹੀਂ ਹਾਲੇ ਵਿੱਚ ਖਲੈਤੇ ਉਹ ਪੂਰੇ ਜਾਂ ਉਤੋਂ ਘਰ ਜਿਹੜੀਆਂ ਵੀ ਚੀਜ਼ਾਂ ਹੋਣਦੀਆਂ ਉਹ ਸਭ ਕੁਝ ਜਾ ਸਕਦਾ, ਬਸ ਤੁਸੀਂ ਮੋਟਰਸਾਈਕਲ ਉੱਧਰ ਨਹੀਂ ਲੈ ਕੇ ਜਾਣਾ। ਤਰਾਂਜੀ ਤੋਂ ਵੇਤਾ ਤੋਂ ਆਈ ਵੇਈ ਕੁਲੀ ਆਤਰਾਸਿਓਂ ਨੇ ਅਨਿਮਾਲੇ। ਫੋਟੋ ਗਲਤ ਲੱਗੀ ਵਿੱਚ, ਨਹੀਂ ਨਹੀਂ ਫੋਟੋ ਸੱਚ ਸਹੀ ਆ। ਇਹ ਜੀ ਉਹ ਆ ਵੀ ਇਸ ਬੋਰਡ ਤੋਂ ਅੱਗੇ ਤੁਸੀਂ ਤੁਹਾਡੇ ਕੋਲ ਖੱਚਰ ਹੋਵੇ, ਇੰਡੀਆ 'ਚ ਹੁੰਦੀ ਹੈ ਨਾ ਖੱਚਰਾਂ, ਰੇੜੇ ਰੂੜੇ ਪਾਏ ਹੁੰਦੇ ਆ, ਅਤੇ ਤੁਸੀਂ ਇੱਥੇ ਮੂਹਰੇ ਗਧਾ ਲੱਦਿਆ ਹੋਵੇ, ਘੋੜਾ ਲਾਇਆ ਹੋਵੇ, ਰੇੜੀ ਘੋੜੇ ਗਧੇ ਜਾਂ ਕੋਈ ਵੀ ਇੱਦਾਂ ਦੇ ਜਾਨਵਰ ਦੇ ਪਿੱਛੇ ਰੇੜੀ ਲਾ ਕੇ ਤੁਸੀਂ ਜਾ ਨਹੀਂ ਸਕਦੇ, ਜਾਂ ਫਿਰ ਤੰਗ ਆ। ਜਿੱਦਾਂ ਕਿ ਹੁਣ ਮੇਰੇ ਦਿਮਾਗ 'ਚ ਆਇਆ ਕਿਹੜੀ ਗੱਲ ਆਈ, ਫੋਟੋ ਦੇਖ ਕੇ ਵੀ ਮੰਨ ਲਓ ਸ਼ੋਲੇ ਫਿਲਮ ਦੀ ਸ਼ੂਟਿੰਗ ਇੱਥੇ ਹੋਈ ਹੁੰਦੀ ਅਤੇ ਆਪਣੀ ਕਿਆ ਨਾਂ ਇਹਦਾ ਧੰਨੋ ਹੁੰਦੀ ਹੈ ਨਾ, ਉਹ ਧੰਨੋ ਧੰਨੋ ਦੇ ਪਿੱਛੇ ਡਾਕੂ ਵੱਜ ਜਾਂਦੇ ਆ ਅਤੇ ਉਹਦੇ ਮੂਹਰੇ ਜਿਹਾ ਬੋਰਡ ਆ ਜਾਂਦਾ ਨਾ ਆਪਣੇ, ਜਦੋਂ ਕਹਿੰਦੀ ਹੁੰਦੀ ਬਾਗ ਬਸੰਤੀ ਬਾਗ ਆਜ ਤੇਰੀ, ਦੂਜੀ ਦਾ ਸਵਾਲ ਹੈ ਠੀਕ ਹੈ। ਉਹ ਧੰਨੋ ਅਤੇ ਬਸੰਤੀ ਇਸ ਬੋਰਡ ਤੋਂ ਅੱਗੇ ਨਹੀਂ ਸੀ ਜਾ ਸਕਦੀਆਂ, ਕਿਉਂਕਿ ਇਸ ਤੋਂ ਅੱਗੇ ਆਪਾਂ ਜਾਨਵਰ ਵਾਲਾ ਵਾਹਨ ਨਹੀਂ ਲੈ ਕੇ ਜਾ ਸਕਦੇ। ਚਲੋ ਬਸੰਤੀ ਰੱਖੀ ਸਾਈਡ 'ਤੇ। ਇਲ ਸਿੰਗਾਲ ਵਿਏਤਾ ਇਲ ਤਰਾਂਜੀ ਤੋਂ ਆਈ ਵੇਈ ਕੁਲੀ ਤਰਸਿਓਂ ਨੇ ਅਨਿਮਾਲ ਹੈ। ਤਰਸਿਓਂ ਨੇ ਹੁੰਦਾ ਖਿੱਚਣਾ ਜਾਂ ਜਿਹੜਾ ਉਹਨੂੰ, ਹਾਂਜੀ ਵੀ ਜਿਹੜਾ ਜਾਨਵਰਾਂ ਨਾਲ ਖਿੱਚਣ ਵਾਲਾ ਕੋਈ ਵੀ ਵਾਹਨ ਕੋਈ ਵੀ ਗੱਡੀ ਆ ਤੁਸੀਂ ਉਹਨੂੰ ਲੈ ਕੇ ਨਹੀਂ ਜਾ ਸਕਦੇ, ਜਾਂ ਫਿਰ ਤਰਾਈ ਨਾਂਤੀ ਦਾ ਆਜ਼ ਹੀ ਨਹੀਂ ਉਹ ਕਵਾਲ ਲਈ, ਆਜ਼ ਹੀ ਨਹੀਂ ਹੁੰਦੇ ਗਧੇ ਗਧਾ ਅਤੇ ਕਵਾਲੀ ਹੁੰਦੇ ਘੋੜੇ, ਘੋੜਿਆਂ 'ਤੇ ਜਾਂ ਫਿਰ ਗਧਿਆਂ ਨਾਲ ਅਗਰ ਤੁਹਾਡੀ ਕੋਈ ਸਵਾਰੀ ਆ ਤਾਂ ਤੁਸੀਂ ਉਹਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ। ਬਾਕੀ ਇਹ ਤੋਂ ਅੱਗੇ ਲਿਖਿਆ ਕੁੰਨ ਸੈਨ ਅਤੇ ਤਰਾਂਜੀ ਤੋਂ ਆਈ ਚੀਕਲੋ ਮਤੋਰੀ ਵੀ ਚਿਕਲੇ ਅਤੇ ਆਈ ਪਿਧੋਨੀ ਤੁਤੀ ਵੇਖ ਖੁਲੀ ਮਤੋਰ ਹੈ, ਉਹ ਛੱਡੋ ਪਰ ਮੇਨ ਜਿਹੜੀਆਂ ਗੱਲਾਂ ਚੇਤੇ ਕਰਨ ਵਾਲੀਆਂ, ਵੀ ਤਾਂ ਇਲ ਤਰਾਂਜੀ ਤੋਂ ਆਈ ਵੇਖ ਖੁਲੀ ਆ ਤਰਸਿਓਂ ਨੇ ਅਨਿਮਾਲੇ, ਤਰਸਿਓਂ ਨੇ ਜਾਂ ਫਿਰ ਤਰਾਈ ਨਾਂਤੀ ਦਾ ਅਨਿਮਾਲੇ।
ਇਹ ਦੋ ਚੀਜ਼ਾਂ ਚੇਤੇ ਕਰਨ ਵਾਲੀਆਂ ਬਸ ਇਹਦੇ ਵਿੱਚ। ਤ੍ਰਾਂਜ਼ੀਤੋ ਵੇਤਾ ਤੋਂ ਆਈ ਵੇਹੀਕੁਲੀਆ ਪ੍ਰਾਚਾ, ਇਹ ਜੀ ਜਿੱਥੇ ਤੁਸੀਂ ਹੱਥ ਨਾਲ ਚਲਾਉਣ ਵਾਲੇ ਦੋ ਟਾਇਰਾਂ ਨਾਲ ਕੋਈ ਵੀ ਜਿੱਦਾਂ ਰੇਹੜੀ ਹੋ ਗਈ ਜਾਂ ਫਿਰ ਕਰੈਲੀ ਕਰੈਤੀ ਹੋ ਗਏ, ਉਹ ਨਹੀਂ ਤੁਸੀਂ ਅੱਗੇ ਤੋਂ ਲੈ ਕੇ ਜਾ ਸਕਦੇ। ਸਿਰਫ ਦੋ ਗੱਲਾਂ 'ਚ ਤੁਸੀਂ ਚੇਤਿਆ ਕਰਨੀਆਂ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਏ ਵੇਹੀਕੁਲੀਆ ਬਰਾਚਾ, ਬਰਾਚਾ ਹੁੰਦੀਆਂ ਬਾਹਾਂ। ਵੇ ਤਾਂ ਤ੍ਰਾਂਜ਼ੀ ਤੋਂ ਆਈ ਕਰੈਤੀ ਆਮਾਨੋ, ਸਹਿਤੇ ਵੇ ਤਾਂ ਲਿਖੋ ਗਿਆ ਵੇ ਤਾਂ, ਠੀਕ ਆ ਜੀ। ਤ੍ਰਾਂਜ਼ੀ ਤੋਂ ਵੇਤਾ ਤੋਂ ਆਈ ਤੂੰ ਤਿਲਿਆਓ ਤੋਂ ਵੇਹੀਕੁਲੇ, ਕਿ ਸਾਰੀਆਂ ਹੀ ਗੱਡੀਆਂ ਨੂੰ ਜਾਣ ਦੀ ਮਨਾਹੀ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਤੂ ਤਿਲਿਆਓ ਤੋਂ ਵੇਹੀਕੁਲੇ, ਕਿ ਜਿੰਨੀਆਂ ਵੀ ਗੱਡੀਆਂ ਨੇ ਜੀ ਉਹ ਸਾਰੀਆਂ ਉੱਧਰ ਨੂੰ ਨਹੀਂ ਜਾ ਸਕਦੀਆਂ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਤੂ ਤੀ ਇਕੁਆ ਦੇ ਰਿਚੀਕਲੀਆਂ ਮਤੋਲ, ਵੀ ਜਿੰਨੀਆਂ ਵੀ ਗੱਡੀਆਂ ਚਾਰ ਟਾਇਰ ਵਾਲੀਆਂ ਮੋਟਰ ਵਾਲੀਆਂ ਉੱਧਰ ਨੂੰ ਨਹੀਂ ਜਾ ਸਕਦੀਆਂ, ਪਰ ਇਸ ਸਾਈਡ ਨੂੰ ਗਏ ਗੱਡੀਆਂ ਨਹੀਂ ਜਾ ਸਕਦੀਆਂ ਮੋਟਰਾਂ ਵਾਲੀਆਂ, ਪਰ ਇੱਥੇ ਮੋਟਰਸਾਈਕਲ ਜਾ ਸਕਦੇ ਆ। ਕਿ ਇਕੁਨਸਿੰਤੀ ਤੋਂ ਤ੍ਰਾਂਜ਼ੀ ਤਾਰ ਆਈ ਮੋਟੋਸਾਈਕਲਿਸ ਤੇ ਜਾਂ ਫਿਰ ਬਿਸਿਕਲੇਟ ਤੇ ਜਾਂ ਫਿਰ ਵੇਹੀਕੁਲੀ ਆ ਤਰਸਿਓਨਾ ਨਿਮਾਲ ਜਾਂ ਫਿਰ ਵੇਹੀਕੁਲੀ ਅਬਰਾਚਾ, ਸਿਰਫ ਗੱਡੀਆਂ ਚਾਰ ਟਾਇਰ ਵਾਲੀਆਂ ਗੱਡੀਆਂ ਜਿਨ੍ਹਾਂ ਨੂੰ ਮੋਟਰ ਲੱਗੀ ਹੋਈ, ਜਿਨ੍ਹਾਂ 'ਚ ਇੰਜਣ ਆ, ਉਹ ਨਹੀਂ ਇੱਧਰ ਨੂੰ ਲੰਘ ਸਕਦੀ, ਪਰ ਮੋਟਰਸਾਈਕਲ ਲੰਘ ਸਕਦੇ ਇੱਧਰ ਨੂੰ। ਤ੍ਰਾਂਜ਼ੀ ਤੋਂ ਵੇਤਾ ਤੋਂ ਆਈ ਆਟੋਬੋਸ, ਲਓ ਜੀ ਇਹਦੇ ਵਿੱਚ ਸਿਰਫ ਦੇਖਣ ਦੀ ਕਿਹੜੀ ਲੋੜ ਆ ਕਿ ਇਸ ਸਿਗਨਲ ਨਾਲ ਸਿਰਫ ਜਿਹੜੀਆਂ ਆਪਣੀਆਂ ਬੱਸਾਂ ਨਹੀਂ ਜਾ ਸਕਦੀਆਂ, ਬਾਕੀ ਸਭ ਕੁਛ ਲੰਘ ਸਕਦਾ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਈ ਜੀ ਆਟੋਬੋਸ, ਆਟੋਬੋਸ ਹੁੰਦੀ ਬੱਸ, ਜਾਂ ਫਿਰ ਕੁਨਸੈਂਤੇ ਦੀ ਤ੍ਰਾਂਜ਼ੀ ਤਾਰ ਲਿਆਉ ਤੋਂ ਵੇਤੂਰ, ਜਾਣੀ ਕਿ ਕੁਨਸੈਂਤੇ ਮਤਲਬ ਇਹਨਾਂ ਨੂੰ ਇਜਾਜ਼ਤ ਆ ਆਊ ਤੋਂ ਵੇਤੂਰ ਗੱਡੀਆਂ। ਸਿਰਫ ਇਹ ਸਿਗਨਲ ਬੱਸ ਨੂੰ ਹੀ ਰੋਕਦਾ, ਸਿਰਫ ਇਹੀ ਗੱਲ ਰੋਕਣ ਦੀ ਦੱਸਣ ਦੀ ਲੋੜ ਆ। ਬਾਕੀ ਜੇ ਪੁੱਛੇ ਮੋਟਰਸਾਈਕਲ ਲੰਘ ਸਕਦੇ ਆ, ਹਾਂਜੀ ਲੰਘ ਸਕਦੇ ਆ, ਬਿਸਿਕਲੇ 'ਤੇ ਤ੍ਰਾਂਜ਼ੀ ਤਾਰੇ ਕਰ ਸਕਦੇ ਸਹੀ ਕਰ ਸਕਦੇ। ਸਿਰਫ ਇਹ 'ਚ ਕੀ ਯਾਦ ਰੱਖਣਾ, ਵੇ ਤਾਂ ਆਊ ਤੋਂ ਬੁਸ ਬੱਸ, ਸਿਰਫ ਇਹੀ ਗੱਲ ਯਾਦ ਰੱਖਣ ਵਾਲੀ ਆ ਜੀ। ਤ੍ਰਾਂਜ਼ੀ ਤੋਂ ਵੇਤਾ ਤੋਂ ਵੇਹੀਕੁਲੀ ਮਾਸ਼ਾ ਸੁਪਰੀਓਰ ਤ੍ਰੈ ਵੀਰੂਲਾ ਚਿੰਗ ਤੋਂ ਨਲਾਤ, ਲਓ ਜੀ ਇਸ ਸਿਗਨਲ ਵਿੱਚ ਬਹੁਤ ਗਲਤੀਆਂ ਹੁੰਦੀਆਂ, ਕਿਉਂਕਿ ਇਹਦਾ ਜਿਹੜਾ ਸਵਾਲ ਆਉਂਦਾ ਉਹ ਭੁਲੇਖੇ ਪਾਉਣ ਵਾਲਾ ਹੁੰਦਾ। ਇਹਦੇ ਵਿੱਚ ਕੀ ਦੇਖਣ ਦੀ ਲੋੜ ਆ, ਇਹਦੇ ਵਿੱਚ ਦੇਖਣ ਦੀ ਲੋੜ ਆ ਵੀ ਟਰੱਕ ਨੂੰ ਜਾਣ ਦੀ ਮਨਾਹੀ ਨਹੀਂ, ਜਿਹੜਾ 3.5 ਤੋਂ ਨਲਾਤੇ ਤੋਂ ਜ਼ਿਆਦਾ ਸਮਾਨ ਲੈ ਕੇ ਜਾਂਦਾ। ਅਤੇ ਇੰਨੀਆਂ ਗੱਲਾਂ 'ਚ ਕੀ ਚੇਤੇ ਰੱਖਣਾ, ਸਿਗਨਲੇ ਵੇ ਤਾਂ ਤਰਸਫੋਰ ਤੋਂ ਦੀ ਕੋਜ਼ ਮਾਸ਼ਾ ਸੁਪਰੀਓਰ ਆਤਰੇ ਵੀਰਗੁਲਾ ਚਿੰਗੇ ਤੋਂ ਨਲਾਤੇ, ਪੂਰੀ ਇਟਾਲੀਅਨ ਦੀ ਲੈਨ ਇਲ ਸਿਗਨਲੇ ਵੇ ਤਾਂ ਆਈ ਵੇਹੀਕੁਲੀ ਅਧਿਵੀਤੀ ਆ ਤਰਸਫੋਰ ਤੋਂ ਦੀ ਕੋਜ਼ ਕੌਣ ਮਾਸ਼ਾ ਆਪੀਏ ਨੂੰ ਕਾਰਿਕੋ ਸੁਪਰੀਓਰ ਆਤਰੇ ਵੀਰਗੁਲਾ ਚਿੰਗੇ ਤੋਂ ਨਲਾਤੇ। ਅਗਰ ਇਸ ਕਿਸੇ ਟਰੱਕ ਜਾਂ ਕੋਈ ਵੀ ਦੂਏ ਵਿੱਚ 3.5 ਟਨ ਤੋਂ ਜ਼ਿਆਦਾ ਮਾਲ ਆ ਤਾਂ ਉਹ ਅੱਗੇ ਨਹੀਂ ਜਾ ਸਕਦਾ, ਪਰ ਕੁਨਸੈਂਤੇ ਇਲ ਤ੍ਰਾਂਜ਼ੀਤੋ ਦੀ ਆਟੋਬੋਸ ਦੀ ਕੰਪਲੇ ਦੀ ਮਾਸਾ ਕੰਪਲੇ ਸੇਵਾ ਸੁਪਰੀਓਰ ਆਤਰੇ ਵੀਰਗੁਲਾ ਚਿੰਗੇ ਤੋਂ ਨਲਾਤੇ, ਇਹਦਾ ਕੀ ਮਤਲਬ ਆ ਜੀ ਕਿ ਇਹ ਜਿਹੜੀਆਂ ਚੀਜ਼ਾਂ ਟਰੱਕ ਲੈ ਕੇ ਜਾਂਦੇ ਆ ਕੋਈ ਵੀ ਗੱਡੀ ਜਾਂ ਟਰੱਕ ਜਿਸ 'ਚ 3.5 ਤੋਂ ਜ਼ਿਆਦਾ ਮਾਲ ਆ ਉਹ ਇਸ ਰਸਤੇ 'ਤੇ ਨਹੀਂ ਜਾ ਸਕਦੇ, ਪਰ ਜਿਹੜੀਆਂ ਬੱਸਾਂ ਬੰਦਿਆਂ ਨੂੰ ਲੈ ਕੇ ਜਾਂਦੀਆਂ ਜਾਣੀ ਪਰਸੋਂ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਹੈਗੀ ਆ। ਸਿਰਫ ਵੇ ਤਾਂ ਤਰਸਪੋਰਟ ਤੋਂ ਆਲੀ ਵੇਹੀਕੁਲੀ ਜਿਹੜੇ ਆਹ ਤਰਸਪੋਰਟ ਤੋਂ ਕਰਦੇ ਆ ਦੀ ਕੋਜ਼ ਦੀ, ਸਿਰਫ ਮੈਂ ਤਾਂ ਹੀ ਵੱਡੇ ਅੱਖਰਾਂ 'ਚ ਲਿਖਿਆ। ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ, ਤ੍ਰਾਂਜ਼ੀ ਤੋਂ ਵੇਤਾ ਤੋਂ ਮਾਸਟਰ ਸੁਪਰੀਓਰ ਆਤਸ਼ਾਹੀ ਵੀਰਵਾ ਚਿੰਗੇ ਤੋਂ ਨਲਾਤੇ, ਵੇ ਤਾਂ ਤ੍ਰਾਂਜ਼ੀ ਤੋਂ ਆਈ ਆਓ ਤੋਂ ਘਰ ਜਾਂ ਫਿਰ ਆਈ ਤੋਂ ਆਊ ਤੋਂ ਵੇਹੀਕੁਲੀ, ਜਿਹੜੀ ਵੀ ਚੀਜ਼ ਆ ਜਿਹਨਾਂ ਦਾ ਮਾਸਾ ਆਪੀਏ ਨੋ ਕਾਰਿਕੋ ਪੀਏ ਨਾ ਕਾਰਿਕੋ ਉਹਦਾ ਫੁੱਲ ਭਰੀ ਹੋਈ ਸੁਪਰੀਓਰ ਹੋਵੇ ਸਹੀ ਵੀਰਵਾਲਾ ਚਿੰਗੇ ਤੋਂ ਨਲਾਤੇ ਤੋਂ। ਉਹੀ ਗੱਲ ਫਿਰ ਕੁਨਸੈਂਤੇ ਇਲ ਤ੍ਰਾਂਜ਼ੀ ਤੋਂ ਦੀ ਆਊ ਤੋਂ ਕਾਰਬਨ ਹੈ ਆਊ ਤੋਂ ਬੁਸ, ਜਦਕਿ ਆਊ ਤੋਂ ਕਾਰਬਨ ਜਾਂ ਫਿਰ ਆਊ ਤੋਂ ਬੁੱਸਾਂ ਨੂੰ ਲੰਘਣ ਦੀ ਇਜਾਜ਼ਤ ਆ। ਤ੍ਰਾਂਜ਼ੀ ਤੋਂ ਵੇਤਾ ਤੋਂ ਆਈ ਵੇਹੀਕੁਲੀ ਆਮੋ ਤੋਰ ਹੈ ਤਰਾਈ ਨਾਨ ਤਿਉਂ ਰਿਮੋਰ ਕਿਉਂ, ਜਿਹੜੀਆਂ ਗੱਡੀਆਂ ਆਪਣੇ ਪਿੱਛੇ ਟੋਸ਼ਨ ਪਾ ਕੇ ਹੋਰ ਪਿਛਲਾ ਡੱਬਾ ਲੈ ਕੇ ਜਾਂਦੀਆਂ ਉਹਨਾਂ ਨੂੰ ਜਾਣ ਦੀ ਮਨਾਹੀ ਹੈ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਈ ਵੇਹੀਕੁਲੀ ਆਮੋ ਤੋਰ ਹੈ ਤਰਾਈ ਨਾਨ ਤਿਉਂ ਰਿਮੋਰ ਕਿਉਂ, ਰਿਮੋਰ ਕਿਉਂ ਕਿਹੜਾ ਹੁੰਦਾ, ਜਿਹੜੀ ਤਾਂ ਇੱਕ ਟਰੱਕ ਹੁੰਦਾ ਉਹਦੇ ਨਾਲ ਇੱਕ ਹੋਰ ਟੋਸ਼ਨ ਪਾ ਕੇ ਉਹ ਤੋਂ ਪਿਛਲਾ ਹਿੱਸਾ ਹੁੰਦਾ ਨਾ, ਜਿੱਦਾਂ ਇਹਦੇ ਵਿੱਚ ਆਹ ਚੀਜ਼ ਦਿਖਾਈ ਗਈ ਹੈ ਨਾ ਇਹ ਵਾਲੀ ਚੀਜ਼, ਇਹ ਹੁੰਦਾ ਰਿਮੋਰ ਕਿਉਂ। ਵੇ ਤਾਂ ਇਲ ਤ੍ਰਾਂਜ਼ੀ ਤੋਂ ਆਈ ਆਊ ਤੋਂ ਤਰੇਨ, ਆਊ ਤੋਂ ਤਰੇਨ ਵੀ ਉਹ ਹੁੰਦੀ ਜਿਹਦੇ ਪਿੱਛੇ ਇੱਕ ਦੂਜਾ ਹੁੰਦਾ ਹਿੱਸਾ ਹੁੰਦਾ ਉਹ, ਅਤੇ ਪੋਇਸ਼ਰ ਇੰਤਗਰਾ ਤੋਂ ਕੋਨੂੰਨ ਪਾਣੇ ਲਓ ਇੰਤਗਰਾਤੀ ਹੋ ਕੇ ਕੁਨਸੈਂਤ ਇਲ ਤ੍ਰਾਂਜ਼ੀ ਤੋਂ ਦੀ ਮਾਸਾ ਨੂੰ ਸੁਭੋ ਰੇ ਉਰੇ ਅਕਵਾਲਾ ਇੰਦੀ ਕਰਦਾ ਨਿਲ ਪਾਣੇ ਲਓ, ਇਹਦਾ ਕੀ ਮਤਲਬ ਪੋਇਸ਼ਰ ਇੰਤਗਰਾ ਤੋਂ
ਕੋਨੂਨ ਪਨੇਲੋ ਇੰਤੇਗਰਾਤੀਵੋ ਕਿ ਇਹਦੇ ਵਿੱਚ ਇੱਕ ਚਿੱਟੇ ਰੰਗ ਦਾ ਪਨੇਲੋ ਇੰਤੇਗਰਾਤੀਵੋ ਹੋ ਸਕਦਾ ਇਹਦੇ ਥੱਲੇ ਲਿਖਿਆ ਹੋਵੇ, ਜਿਹਦੇ ਵਿੱਚ ਲਿਖਿਆ ਹੋਵੇ ਵੀ ਇਹ 6.5 ਤੋਂ ਨਿਲਾਤੇ ਜਾਂ 6.4 ਜਾਂ 3.5 ਉਹ ਵਾਲੀ ਨਹੀਂ ਇੱਧਰ ਨੂੰ ਲੰਘ ਸਕਦੇ। ਅਗਰ ਜਦੋਂ ਤੁਹਾਨੂੰ ਕੁਇਜ਼ ਵਿੱਚ ਕੋਈ ਵੀ ਸਵਾਲ ਆਵੇ ਜਿਹੜਾ ਸਵਾਲ ਜਿਹੜਾ ਸ਼ੁਰੂਆਤ ਹੋਵੇ ਪੋਇਸਰ ਅੱਖਾਂ ਮੀਟ ਕੇ ਉਹਨੂੰ ਵੇਰੋ ਕਰ ਦਿਆ ਕਰੋ। ਤ੍ਰਾਂਜ਼ੀਤੋ ਵਿਏਤਾਤੋ ਵਾਲੇ ਮਾਕੀ ਨਗਰੀ ਕੋਲ, ਮਾਕੀ ਨਗਰੀ ਕੋਲ ਕਿਹੜੇ ਹੁੰਦੇ ਆ ਜੀ, ਜਿਹੜੇ ਆਪਣੇ ਟਰੈਕਟਰ ਹੋਊਗਾ ਜਾਂ ਫਿਰ ਆਪਣੇ ਖੇਤੀਬਾੜੀ 'ਚ ਵਰਤੋਂ 'ਚ ਆਉਣ ਵਾਲੀਆਂ ਗੱਡੀਆਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮਾਕੀ ਨਗਰੀ ਕੋਲ। ਜ਼ਿਆਦਾਤਰ ਟਰੈਕਟਰ ਹੁੰਦੇ ਆ, ਕਰੇਨਾਂ ਹੋ ਗਈਆਂ, ਕੰਪੈਨਾਂ ਹੋ ਗਈਆਂ, ਇੱਦਾਂ ਦਾ ਜਿਹੜਾ ਸਮਾਨ। ਵਿਏਤਾਇਲ ਤ੍ਰਾਂਜ਼ੀਤੋ ਵਾਲੇ ਮਾਕੀ ਨਗਰੀ ਕੋਲ ਐਗਜ਼ਾਮਪਲ ਦੇ ਤੌਰ 'ਤੇ ਤਰਾਤੋਰੀ। ਵਿਏਤਾਇਲ ਤ੍ਰਾਂਜ਼ੀਤੋ ਜਾਣੀ ਮੈਂ ਵਿਏਤਾਇਲ ਤ੍ਰਾਂਜ਼ੀਤੋ ਦਾ ਹਰ ਵਾਰ ਨਹੀਂ ਟ੍ਰਾਂਸਲੇਟ ਕਰਦਾ ਕਿਉਂਕਿ ਹੁਣ ਤੁਹਾਨੂੰ ਪਤਾ ਵਿਏਤਾ ਦਾ ਤ੍ਰਾਂਜ਼ੀਤੋ ਦਾ ਮਤਲਬ ਕੀ ਆ। ਸ਼ੀਆ ਪਰਲੇ ਮਾਕੀ ਨੇ ਗੁੰਮਾ ਅਤੇ ਸ਼ੀਆ ਪਿਰ ਕੁਲੇ ਚਿੰਗੋਲਾ ਅਤੇ, ਅੱਛਾ ਮਾਕੀ ਨੇ ਗੁੰਮਾ ਸ਼ੀਆ ਪਿਰ ਕੁਲੇ ਗੁੰਮਾ ਅਤੇ ਸ਼ੀਆ ਪਿਰ ਕੁਲੇ ਚਿੰਗੋਲਾ ਅਤੇ, ਸ਼ੀਆ ਦਾ ਮਤਲਬ ਹੁੰਦਾ ਉਹਦੇ ਲਈ ਵੀ ਅਤੇ ਉਹਦੇ ਲਈ, ਇੱਥੇ ਸ਼ੀਆ ਦਾ ਮਤਲਬ ਉਹ ਬਣਦਾ ਗੁੰਮਾ ਅਤੇ ਜਿਨ੍ਹਾਂ ਨੂੰ ਟਾਇਰ ਲੱਗੇ ਹੁੰਦੇ ਅਤੇ ਚਿੰਗੋਲਾ ਅਤੇ ਜਿਨ੍ਹਾਂ ਦੇ ਉੱਤੇ ਜਿੱਦਾਂ ਕਿੱਦਾਂ ਹੁਣ ਤੁਹਾਨੂੰ ਮੈਂ ਦੱਸਾਂ, ਚਿੰਗੋਲਾ ਅਤੇ ਟੈਂਕ ਵਾਲਾ ਹਿਸਾਬ ਰੱਖੋ ਜਿੱਦਾਂ ਟੈਂਕ ਦੇ ਟਾਇਰ ਹੁੰਦੇ ਆ ਉਹ ਪਟਾ ਜਿਹਾ ਨਹੀਂ ਚੱਲਦਾ ਹੁੰਦਾ ਬਸ ਉਹ ਵਾਲਾ ਸੌਖਾ ਸਿਸਟਮ। ਵਾਲੇ ਅੰਕੇ ਦੀ ਨੌਤੇ ਦੀ ਜੋੜ ਨੂੰ, ਵਾਲੇ ਸ਼ੀਆ ਦੀ ਨੌਤੇ ਸ਼ੀਆ ਦੀ ਜੋੜ ਨੂੰ ਚ ਆਉਣ ਵਾਲੀ ਤਿਥਾਂ ਦੀ ਬੇਨਤੀ ਕੁਤਰੋੜ ਜਾਣੀ ਇਹਦਾ ਹੁੰਦਾ ਜੀ ਇਹ ਦਿਨ ਰਾਤ ਨੂੰ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਇਹ ਹਮੇਸ਼ਾ ਹੀ ਇੱਧਰ ਨੂੰ ਗੱਡੀ ਟਰੈਕਟਰ ਨਹੀਂ ਜਾ ਸਕਦੇ, ਹੋ ਸਕਦਾ ਆਟੋ ਸਰਾਧੇ ਅਤੇ ਮੂਹਰੇ ਵੀ ਲੱਗ ਸਕਦਾ ਹੈ ਆਟੋ ਸਰਾਧੇ ਦੇ ਇੱਧਰ। ਕੁਨਸੈਨ ਦਿਲ ਤ੍ਰਾਂਜ਼ੀਤੋ ਵਾਲੇ ਮਾਖੀ ਨੇ ਉੱਪਰ ਤਰੀਚੇ ਦੇਸੀ ਨਾਂ ਤਿਆਰ ਲਓ ਆਈ ਲਵੋਰੀ ਦੀ ਮਾਨੂ ਤਨਸੈਨ ਸਰਦਾਰ, ਅੱਛਾ ਜਦੋਂ ਕੰਤੀਰੇ ਹੁੰਦਾ ਠੀਕ ਆ ਜੀ ਲਵੋਰਿੰਗ ਕੋਰਸ ਹੁੰਦੀ ਆ ਸਤਰਾਧੇ 'ਤੇ ਲਵੋਰਿੰਗ ਕੋਰਸ ਹੁੰਦਾ ਉਦੋਂ ਜਿਹੜੀਆਂ ਗੱਡੀਆਂ ਇਹਦੇ ਵਿੱਚ ਮਾਖੀ ਨੇ ਉੱਪਰ ਤਰੀਚੀ ਦੇਸੀ ਨਾਂ ਤਿਆਰ ਲਵੋਰੀ ਦੀ ਮਾਨੂ ਤਨਸੈਨ ਨੇ ਜਿਹੜੀਆਂ ਗੱਡੀਆਂ ਇੱਥੇ ਵਰਤੋਂ 'ਚ ਆਉਣੀਆਂ ਹੁਣ ਠੇਲੇ ਹੋ ਗਏ ਇੱਦਾਂ ਦੇ ਹੋ ਗਏ ਵਰਤੋਂ 'ਚ ਤਾਂ ਆਉਂਦੇ ਆ ਉਹਨਾਂ ਨੂੰ ਲੰਘਣ ਦੀ ਮਨਾਹੀ ਆ। ਆ ਰੱਟਾ ਲਾ ਲਿਓ ਜੀ ਇਹਦਾ ਮਾਕੀ ਨੇ ਉੱਪਰ ਤਰੀਚੀ ਦੇਸਤੀ ਨਾਂ 'ਤੇ ਆਈ ਲਵੋਰਦੀ ਕੋਲ ਦੀ ਮਾਨੂ ਤਨਸੀ ਉਹਨੇ ਇਸ ਤਰ੍ਹਾਂ ਲਾ ਰਿਹਾ। ਤ੍ਰਾਂਜ਼ੀਤੋ ਵਿਏਤਾਤੋ ਆਈ ਵੇਈ ਖੁਲੀ ਕਿ ਤਰਸਪੋਰਤ ਨੂੰ ਮੇਰਸੀ ਪੇਰੀ ਕੋਲ ਹੋ ਰਹੇ ਉਹਨਾਂ ਗੱਡੀਆਂ ਨੂੰ ਜਾਣ ਦੀ ਮਨਾਹੀ ਜਿਹੜੀਆਂ ਗੱਡੀਆਂ ਇਹ ਫਟਣ ਵਾਲਾ ਸਮਾਨ ਲੈ ਕੇ ਤੁਰਦੀਆਂ ਬੰਬ ਫਟਣ ਵਾਲਾ ਜਿਨ੍ਹਾਂ ਨਾਲ ਅੱਗ ਲੱਗ ਸਕਦੀ ਕੁਛ ਵੀ ਹੋ ਸਕਦਾ ਜਿਹੜੇ ਖਤਰਨਾਕ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਵਿਏਤਾਇਲ ਤ੍ਰਾਂਜ਼ੀਤੋ ਆਈ ਵੇਈ ਖੁਲੀ ਕਿ ਤਰਸਪੋਰਤ ਨੂੰ ਮੇਰਸੀ ਪੇਰੀ ਕੋਲ ਹੋ ਰਹੇ ਜਿਹੜੀਆਂ ਖਤਰਨਾਕ ਚੀਜ਼ਾਂ ਲੈ ਕੇ ਜਾਂਦੀਆਂ ਖਤਰਨਾਕ ਚੀਜ਼ਾਂ ਹੁਣ ਜਿਹੜੀਆਂ ਕਿਹੜੀਆਂ ਹੋ ਸਕਦੀਆਂ ਜਿੱਦਾਂ ਕਿ ਪੈਟਰੋਲ ਡੀਜ਼ਲ ਗੈਸ ਇਹ ਵਾਲੀਆਂ ਵਿਏਤਾਇਲ ਤ੍ਰਾਂਜ਼ੀਤੋ ਵਾਲੇ ਆਓ ਤੋਂ ਚਿਸ਼ਤਾਇਰ ਨੇ ਕਿ ਤਰਸਪੋਰਤ ਨੂੰ ਬੈਂਜ਼ੀਨ ਆਓ ਤੋਂ ਚਿਸ਼ਤਾਇਰ ਨਾਲ ਕਿਹੜਾ ਹੁੰਦਾ ਉਹ ਜਿਹੜਾ ਟੈਂਕਰ ਨਹੀਂ ਦੇਖਦੇ ਸੀ ਤਾਂ ਮੋਇਲ ਵਾਲਿਆਂ ਦਾ ਜਾਂ ਆਈਪੀ ਵਾਲਿਆਂ ਦਾ ਜਿਹੜੇ ਵੀ ਗੋਲ ਗੋਲ ਜਿਹੇ ਹੁੰਦੇ ਨਾ ਟਰੱਕਾਂ ਦੇ ਪਿੱਛੇ ਲੱਦੇ ਉਹਨਾਂ 'ਚ ਹੁੰਦਾ ਤੇਲ ਉਹਨਾਂ ਨੂੰ ਇੱਧਰ ਜਾਣ ਦੀ ਮਨਾਹੀ ਹੈ ਕਿਉਂਕਿ ਇਹ ਫਟ ਸਕਦੇ ਆ ਜ਼ਿਆਦਾਤਰ ਮੇਰੇ ਹਿਸਾਬ ਨਾਲ ਇਹ ਪਤਾ ਨਹੀਂ ਇੱਥੇ ਜੰਗਲਾਂ ਦੇ ਮੂਹਰੇ ਰੱਖਿਆ ਹੋਣਾ। ਲਓ ਜੀ ਆਹ ਇੱਕੋ ਹੀ ਗੱਲ ਆ ਪਰ ਫਿਰ ਵੀ ਤ੍ਰਾਂਜ਼ੀਤੋ ਵਿਏਤਾਤੋ ਆਈ ਵੇਈ ਖੁਲੀ ਕੇ ਤਰਸਪੋਰਤ ਨੂੰ ਇਸ ਪਲੂਜੀ ਵੀ ਉੱਤੇ ਅੱਡਾ ਵਾਲਾ ਉੱਪਰ ਦੁੱਧੀ ਫਸਲ ਮਿਹਨਤ ਇੰਫੀਆ ਮਾਂ ਵਿਲੀ ਕਹਿੰਦੇ ਜੀ ਉਹਨਾਂ ਚੀਜ਼ਾਂ ਨੂੰ ਜਾਣ ਦੀ ਮਨਾਹੀ ਆ ਜਿਹੜੀਆਂ ਚੀਜ਼ਾਂ ਤੁਹਾਡ ਉੱਥੇ ਆਪਣੇ ਨਾਲ ਵਿਸਫੋਟਿਕ ਸਮਾਨ ਲੈ ਕੇ ਜਾ ਰਹੀਆਂ ਨੇ ਵਿਸਫੋਟਿਕ CID ਜ਼ਿਆਦਾ ਹੀ ਦੇਖਣ ਲੱਗ ਗਿਆ ਮੈਂ ਪ੍ਰਦੂਤੀ ਫਸਲ ਮਿਹਨਤ ਇੰਫੀਆ ਮਾਮਲੀ ਜਾਂ ਫਿਰ ਜਿਨ੍ਹਾਂ ਨੂੰ ਜ਼ਿਆਦਾ ਛੇਤੀ ਅੱਗ ਪੈ ਜਾਂਦੀ ਆ ਇਹ ਵਿਏਤਾਇਲ ਤ੍ਰਾਂਜ਼ੀਤੋ ਆਈ ਵੀ ਈਕੁਲੀ ਕਿ ਤਰਸਪੋਰਤ ਨੂੰ ਇਸਪਲੂਜੀ ਵੀ ਜਿੱਦਾਂ ਦੀਨਾਮੀਤੇ ਹੋ ਗਿਆ ਡਾਇਨਾਮਿਟ ਜਾਂ ਕੋਈ ਜਿਹੜੀਆਂ ਚੀਜ਼ਾਂ ਬੰਬ ਬੁੰਬ ਜਾਂ ਫਟਣ ਵਾਲਾ ਸਮਾਨ ਲੈ ਕੇ ਜਾਂਦੀਆਂ ਉਹ ਇੱਧਰ 'ਤੇ ਨਾ ਲੰਘਣ ਕਹਿੰਦੇ ਜੀ ਅਤੇ ਵਿਏਤਾਇਲ ਤ੍ਰਾਂਜ਼ੀਤੋ ਆਈ ਵੀ ਈਕੁਲੀ ਕਿ ਤਰਸਪੋਰਤ ਨੂੰ ਪ੍ਰਦੋਤੀ ਫਸਲ ਮਿਹਨਤ ਇੰਫੀਆਮਾ ਮਿਲੀ ਜਾਂ ਫਿਰ ਜਿਨ੍ਹਾਂ ਗੱਡੀਆਂ ਵਿੱਚ ਇੱਦਾਂ ਦਾ ਸਮਾਨ ਹੋਵੇ ਜਿਹੜਾ ਫਾਚਿਲ ਮਿਹਨਤ ਇੰਫੀਮਾ ਵੀ ਲੈ ਹੋਵੇ ਅਤੇ ਮੰਨ ਲਓ ਜਿਹਨੂੰ ਛੇਤੀ ਹੀ ਅੱਗ ਪੈਂਦੀ ਹੋਵੇ ਹੁਣ ਤੁਸੀਂ ਆਪ ਸੋਚ ਲਓ ਕਿਹੜੀ ਚੀਜ਼ ਹੈ ਜਿਹਨੂੰ ਛੇਤੀ ਅੱਗ ਪੈ ਜਾਂਦੀ ਆ। ਆਹ ਸਿਗਨਲ ਜਦੋਂ ਮੈਂ ਪਹਿਲੀ ਵਾਰ ਦੇਖਿਆ ਮੈਨੂੰ ਲੱਗਾ ਮੈਂ ਖਰੇ ਜਿਹੜਾ ਕੋਈ ਪੁਲ ਬਣਾਇਆ ਇਹਨਾਂ ਨੇ ਸਮੁੰਦਰ ਦੇ ਉੱਤੇ ਪਾਣੀ ਦੇ ਉੱਤੇ ਆਂਡਾ ਰੱਖ ਕੇ। ਤ੍ਰਾਂਜ਼ੀਤੋ ਵਿਏਤਾਤੋ ਆਈ ਵੇਈ ਕੋਲ ਕਿ ਤਰਸਪੋਰਤ ਨੂੰ ਪ੍ਰਦੋਤੀ ਸੁਸ਼ਤੀ ਵੀਲੀ ਦੀ ਕੁੰਤਾਮੀਨਾ ਨੇ ਰਾਖਵਾ ਇਹ ਕੀ ਆ ਜੀ ਉਹਨਾਂ ਗੱਡੀਆਂ ਨੂੰ ਜਾਣ ਦੀ ਮਨਾਹੀ ਜਿਨ੍ਹਾਂ ਗੱਡੀਆਂ 'ਚ ਇੱਦਾਂ ਦਾ ਸਮਾਨ ਆ ਜਿਹੜਾ ਸਮਾਨ ਪਾਣੀ 'ਚ ਬਣ ਕੇ ਪਾਣੀ ਦੇ ਨਾਲ ਟੱਚ ਹੋ ਕੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦਾ। ਵਿਏਤਾਇਲ ਤ੍ਰਾਂਜ਼ੀਤੋ ਆਈ ਵੇਈ ਕੋਲ ਕਿ ਤਰਸਪੋਰਤ ਨੂੰ ਸੁਸ਼ਤਾਂ ਅਤੇ ਸੁਸ਼ਤੀ ਵੀਲੀ ਦੀ ਕੁੰਤਾਮੀਨਾ ਨੇ ਰਾਖਵਾ ਬਸ ਜੀ ਉਹੀ ਗੱਲਾਂ ਜਿਹੜੀਆਂ ਚੀਜ਼ਾਂ ਸੁਸ਼ਤੀ ਵੀਲੀ
ਕੁੰਤਾਮੀਨਾਰੇ ਕਰਨ ਲਈ ਆਕੁਆ ਨੂੰ। ਠੀਕ ਆ ਜੀ, ਲਓ ਜੀ ਅੱਜ ਦਾ ਭਾਗ ਅਸੀਂ ਇੱਥੇ ਖਤਮ ਕਰਦੇ ਹਾਂ ਜੀ। ਭਾਗ ਨੰਬਰ 3 'ਤੇ ਅਸੀਂ ਕੰਮ ਸ਼ੁਰੂ ਕਰ ਦੇਣਾ ਜੀ, ਅਤੇ ਅੱਜ ਕੱਲ੍ਹ ਪਰਸੋਂ ਦੇ ਵਿੱਚ ਦੇਖਦੇ ਹਾਂ ਜਦੋਂ ਟਾਈਮ ਲੱਗਾ ਪੋਸਟਿੰਗ ਕਰਨ ਦਾ। ਅਤੇ ਇਟਾਲੀਅਨ ਦਾ ਕੋਰਸ ਆਪਾਂ ਹੁਣ ਦੁਬਾਰਾ ਸ਼ੁਰੂ ਕਰਨ ਲੱਗੇ ਹਾਂ, ਦੁਬਾਰਾ ਸ਼ੁਰੂ ਮਤਲਬ ਬਹੁਤ ਹੀ ਹੁਣ ਡੰਘਾਈ ਵਿੱਚ ਜਾ ਕੇ ਸ਼ੁਰੂ ਕਰੀਏ ਕਿ ਬੰਦਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗੇ। ਪਹਿਲਾਂ ਸਿਰਫ ਉੱਦਾਂ ਹੀ ਜਿੱਦਾਂ ਚੁੰਝਾਂ ਜਿਹੀਆਂ ਮਾਰੀ ਦੀਆਂ ਇੱਦਾਂ ਮਾਰ ਕੇ ਦੱਸਿਆ ਸੀ। ਅਤੇ ਆਪਣਾ ਫੇਸਬੁੱਕ ਦਾ ਪੇਜ ਆ ਜੀ ਲਰਨ ਇਟਾਲੀਅਨ ਇਨ ਪੰਜਾਬੀ, ਇਹਨੂੰ ਹੋ ਸਕਦਾ ਤਾਂ ਜ਼ਰੂਰ ਲਾਈਕ ਕਰਿਓ ਜੀ, ਜਾਂ ਫਿਰ ਤੁਸੀਂ fb.me/itapanjabi ਲਿਖ ਲਓ, ਫਿਰ ਵੀ ਸੇਮ ਟੂ ਸੇਮ ਆਪਣੇ ਤੁਸੀਂ ਪੇਜ 'ਤੇ ਪਹੁੰਚ ਜਾਣਾ। ਸੌਖਾ ਤਰੀਕਾ ਜੀ ਆਪਣੇ ਪੇਜ 'ਤੇ ਪਹੁੰਚਣ ਦਾ। ਆਪਣਾ ਭੱਟ ਸਾਹਿਬ ਨੰਬਰ 3281-4541, ਤੁਸੀਂ ਇਹਦੇ ਉੱਤੇ ਵੀ ਸਾਨੂੰ ਕਦੇ ਵੀ ਕਨੈਕਟ ਕਰ ਸਕਦੇ ਹਾਂ ਜੀ। ਜਾਂ ਫਿਰ ਤੁਹਾਡੇ ਕੋਲ ਵਟਸਐਪ ਜਾਂ ਫਿਰ ਫੇਸਬੁੱਕ ਨਹੀਂ ਹੈਗਾ ਤਾਂ ਤੁਸੀਂ itapanjabi@gmail.com ਤੇ ਸਾਡੇ ਨਾਲ ਕਨੈਕਟ ਕਰ ਸਕਦੇ ਹਾਂ ਜੀ। ਇਹ ਵੀ 24 ਘੰਟੇ ਉਪਲਬਧ ਰਹਿੰਦੀ ਹੈ, ਜਦੋਂ ਸਾਡੇ ਕੋਲ ਟਾਈਮ ਹੋਇਆ ਅਸੀਂ ਤੁਹਾਨੂੰ ਉਸੇ ਟਾਈਮ ਦੇਖ ਕੇ ਮੈਸੇਜ ਪੜ੍ਹ ਕੇ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ। ਬਾਕੀ ਅੱਜ ਦਾ ਤੁਹਾਨੂੰ ਭਾਗ ਸਾਡਾ ਕਿੱਦਾਂ ਦਾ ਲੱਗਾ ਸਾਨੂੰ ਜ਼ਰੂਰ ਦੱਸਣਾ ਜੀ। ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਅਤੇ ਉਹ ਘੰਟੀ ਜਿਹੜੀ ਹੁੰਦੀ ਆ ਉਹਨੂੰ ਵੀ ਆਪਣੀ ਉਂਗਲੀ ਮਾਰ ਦਿਓ ਜੀ, ਓਕੇ ਕਰ ਦਿਓ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਾਂਗੇ ਫਿਰ ਹੁਣ ਆਪਾਂ ਅਗਲੇ ਭਾਗ ਵਿੱਚ।